ਨਵਜੋਤ ਸਿੱਧੂ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਤੰਜ, ਚੁਟਕੀਆਂ ਲੈਂਦਿਆਂ ਆਖੀਆਂ ਵੱਡੀਆਂ ਗੱਲਾਂ। ਮੌਸਮ ਵਿਭਾਗ ਦੀ ਕਿਸਾਨਾਂ ਨੂੰ ਚੇਤਾਵਨੀ, ਮਾਰਚ ਦੇ ਸ਼ੁਰੂ 'ਚ ਮੀਂਹ ਦੇ ਆਸਾਰ। 27 ਫਰਵਰੀ ਨੂੰ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ ਆਮ ਆਦਮੀ ਪਾਰਟੀ। ਸੀਐਮ ਅਰਵਿੰਦ ਕੇਜਰੀਵਾਲ ਕਰਨਗੇ ਮੀਟਿੰਗ। ਕਿਸਾਨ ਅੰਦੋਲਨ ਬਾਰੇ ਬੋਲੇ ਰਾਜਾ ਵੜਿੰਗ, ਹਰਸਿਮਰਤ ਕੌਰ ਬਾਦਲ ਨੂੰ ਲੈ ਕੇ ਸਾਧੇ ਵੱਡੇ ਨਿਸ਼ਾਨੇ। ਕਿਹਾ ਅਕਾਲੀ ਦਲ ਅਤੇ ਬੀਜੇਪੀ ਦਾ ਅੰਤਰਲੇ ਖਾਤੇ ਹੋ ਚੁੱਕਾ ਹੈ ਸਮਝੌਤਾ। ਹੁਣ ਖਬਰਾਂ ਵਿਸਥਾਰ ਦੇ ਨਾਲ। ਮੁੱਖ ਮੰਤਰੀ ਭਗਵੰਤ ਮਾਨ ਨੇ ਨਵਜੋਤ ਸਿੱਧੂ ਦੇ ਤੰਜ ਕੱਸਦਿਆਂ ਸਿੱਧੂ ਨੂੰ ਵਿਆਹ ਸ਼ਾਦੀਆਂ ਦੇ ਸੂਟ ਵਰਗਾ ਆਖਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਿੱਧੂ ਉਹ ਆਗੂ ਹੈ ਜਿਸ ਨੇ ਆਪ ਕੋਈ ਕੰਮ ਨਹੀਂ ਕੀਤਾ, ਦੂਜਿਆਂ ਨੂੰ ਕਰਨ ਨਹੀਂ ਦੇਣਾ। ਸਿੱਧੂ ਨੂੰ ਜਦੋਂ ਖੁਦ ਬਿਜਲੀ ਮੰਤਰੀ ਬਣਾਇਆ ਗਿਆ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ। ਹੁਣ ਜਦੋਂ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਤਾਂ ਦੂਜੇ ਪਾਸੇ ਕੰਮਾਂ ਵਿੱਚ ਨੁਕਤਾਚੀਨੀ ਕਰ ਰਹੇ ਹਨ। ਚੰਡੀਗੜ੍ਹ ਵਿੱਚ ਮਿਸ਼ਨ ਰੋਜ਼ਗਾਰ ਤਹਿਤ ਵੱਖ ਵੱਖ ਵਿਭਾਗਾਂ ਦੇ 400 ਤੋਂ ਵੱਧ ਨਵ ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਦੌਰਾਨ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਨਵਜੋਤ ਸਿੱਧੂ ਵਿਆਹ ਸ਼ਾਦੀਆਂ ਵਿੱਚ ਲੈਣ ਦੇਣ ਵਾਲੇ ਸੂਟ ਵਰਗਾ ਹੈ ਜਿਸ ਨੂੰ ਲੋਕ ਅੱਗੇ ਤੋਰ ਦਿੰਦੇ ਹਨ। ਕਈ ਵਾਰ ਇਹ ਸੂਟ ਮੁੜ ਕੇ ਆਪਣੇ ਕੋਲ ਹੀ ਆ ਜਾਂਦਾ ਹੈ। ਕਾਂਗਰਸ ਦੀ ਮਾੜੀ ਕਿਸਮਤ ਹੈ ਕਿ ਉਸਨੇ ਇਸ ਨੂੰ ਖੋਲ ਲਿਆ ਹੈ ਜਿਸ ਨੂੰ ਨਾ ਹੁਣ ਸਵਾਇਆ ਜਾ ਸਕਦਾ ਹੈ ਨਾ ਹੀ ਬੰਦ ਕੀਤਾ ਜਾ ਸਕਦਾ ਹੈ। ਨਵਜੋਤ ਸਿੱਧੂ ਹਾਏ ਰੱਬਾ, ਉਹ ਵਿਆਹਾਂ ਸ਼ਾਦੀਆਂ 'ਚ ਨਾ ਲੈਣ ਦੇਣ ਵਾਲੇ ਸੂਟਾਂ ਵਰਗਾ, ਉਹਨਾਂ ਨੂੰ ਨਾ ਕੋਈ ਖੋਲੇ ਨਾ ਕੋਈ ਸਮਾਵੇ, ਗਾਹਾਂ ਚਾੜ ਦਿੰਦੇ ਨੇ। ਕਈ ਵਾਰੀ ਸਾਲ ਡੂਢ ਸਾਲ ਬਾਅਦ ਆਪਦੇ ਵਾਲਾ ਸੂਟ ਹੀ ਆਪਦੇ ਕੋਲ ਵਾਪਸ ਆ ਜਾਂਦਾ ਹੈ। ਕਹਿੰਦੇ ਖੋਲੇ ਨਾ ਭੂਆ ਦੀ ਕੁੜੀ ਦਾ ਵਿਆਹ, 2 ਮਹੀਨੇ ਨੂੰ ਇੱਧਰ ਦੇ ਦਾਂਗੇ। ਕਾਂਗਰਸ ਦੀ ਮਾੜੀ ਕਿਸਮਤ, ਉਹਨਾਂ ਨੇ ਖੋਲ ਲਿਆ, ਹੁਣ ਨਾ ਤਾਂ ਸਮਾਇਆ ਜਾਂਦਾ ਨਾ ਲਿਫਾਫੇ 'ਚ ਵਾਪਸ ਪੈਂਦਾ। ਸਹੀ ਹੈ ਨਾ, ਉਹ ਲੱਗਿਆ ਰਹਿੰਦਾ ਮਿੱਤਰ ਪਿਆਰੇ ਪਤਾ ਨਹੀਂ ਕੀ। ਬਈ ਤੂੰ ਬਿਜਲੀ ਮੰਤਰੀ ਬਣਨ ਤੋਂ ਹੀ ਨਾ ਕਰਤੀ ਸੀ, ਉਦੋਂ ਬਣ ਜਾਂਦਾ, ਉਦੋਂ ਮਾਫ਼ ਕਰ ਦਿੰਦਾ ਬਿਜਲੀ। ਆਪ ਨੇ ਕੁਝ ਕਰਨਾ ਨਹੀਂ, ਕਿਸੇ ਨੂੰ ਕਰ ਨਹੀਂ ਦੇਣਾ। ਨੁਕਸ ਕੱਢਣੇ, ਇੱਕ ਬੰਦਾ ਸੀ ਬਹੁਤ ਨਗੋਚੀ ਸੀ, ਨੁਕਸ ਕੱਢਦਾ ਸੀ ਹਰ ਗੱਲ 'ਚ, ਨੈਗੇਟਿਵਿਟੀ ਹਰ ਗੱਲ 'ਚ ਨੁਕਸ ਕੱਢਦਾ ਸੀ। ਉਹ ਯਾਰ ਦੋਸਤ ਬਹੁਤ ਯਾਰ ਕਹਿੰਦੇ ਯਾਰ ਹਰ ਗੱਲ 'ਚ ਨੁਕਸ ਕੱਢਦਾ, ਇਹ ਕੋਈ ਗੱਲ ਪੋਜ਼ਿਟਿਵ ਕਰਦੇ ਹੀ ਨਹੀਂ। ਪੰਜਾਬ ਦੇ ਵਿੱਚ ਆਉਂਦੇ ਦਿਨਾਂ ਵਿੱਚ ਮੌਸਮ 'ਚ ਭਾਰੀ ਤਬਦੀਲੀ ਦੇਖਣ ਨੂੰ ਮਿਲ ਸਕਦੀ ਹੈ। ਇੱਥੇ ਕਈ ਥਾਵਾਂ 'ਤੇ ਬਦਲਵਾਈ ਦੇਖਣ ਨੂੰ ਮਿਲ ਸਕਦੀ ਹੈ। ਉੱਥੇ ਹੀ ਮਾਰਚ ਮਹੀਨੇ ਦੀ ਸ਼ੁਰੂਆਤ ਵਿੱਚ ਵੀ ਮੀਂਹ ਪੈਣ ਦੀ ਸੰਭਾਵਨਾ ਹੈ ਕਿ ਮਾਰਚ 2 ਤੋਂ ਬਾਅਦ ਪੰਜਾਬ ਦੇ ਲਗਭਗ ਸਾਰੇ ਹਿੱਸਿਆਂ ਦੇ ਵਿੱਚ ਹਲਕੀ ਦਰਮਿਆਨੀ ਬਾਰਿਸ਼ ਪੈ ਸਕਦੀ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਕਿਸਾਨ ਵੀ ਆਪਣੀ ਫਸਲਾਂ ਦਾ ਧਿਆਨ ਰੱਖਣ। ਆਮ ਆਦਮੀ ਪਾਰਟੀ PAC ਦੀ ਮੀਟਿੰਗ 27 ਫਰਵਰੀ ਨੂੰ ਹੋਵੇਗੀ। ਮੰਗਲਵਾਰ ਨੂੰ ਆਪ ਦਿੱਲੀ, ਹਰਿਆਣਾ ਅਤੇ ਗੁਜਰਾਤ ਵਿੱਚ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ 'ਤੇ ਹੋਣ ਵਾਲੀ ਬੈਠਕ 'ਚ ਲੋਕ ਸਭਾ ਉਮੀਦਵਾਰਾਂ ਦੇ ਨਾਵਾਂ 'ਤੇ ਚਰਚਾ ਕੀਤੀ ਜਾਵੇਗੀ। ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਸ਼ਨੀਵਾਰ ਨੂੰ ਦਿੱਲੀ, ਗੁਜਰਾਤ, ਗੋਆ ਅਤੇ ਹਰਿਆਣਾ ਵਿੱਚ ਸੀਟਾਂ ਦੀ ਵੰਡ ਦਾ ਐਲਾਨ ਕੀਤਾ ਸੀ। ਦਿੱਲੀ 'ਚ ਆਪ 4 ਸੀਟਾਂ 'ਤੇ ਅਤੇ ਕਾਂਗਰਸ 3 ਸੀਟਾਂ 'ਤੇ ਚੋਣ ਲੜੇਗੀ। ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜੀ ਨੇ ਆਪਣੀ ਹਲਕਾ ਗਿੱਦੜ ਬਾਹਾ ਵਿਖੇ ਵੱਖ ਵੱਖ ਸਮਾਗਮਾਂ ਦੌਰਾਨ ਸ਼ਿਰਕਤ ਕੀਤੀ। ਇਸ ਦੌਰਾਨ ਉਹਨਾਂ ਨੇ ਜਿੱਥੇ ਕਿਸਾਨ ਅੰਦੋਲਨ ਸੰਬੰਧੀ ਕੇਂਦਰ ਅਤੇ ਸੂਬਾ ਸਰਕਾਰ 'ਤੇ ਕਈ ਸਵਾਲ ਖੜ੍ਹੇ ਕੀਤੇ ਹਨ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਭਾਜਪਾ ਦੇ ਗਠਜੋੜ ਸੰਬੰਧੀ ਖੁਲਾਸੇ ਕਰਦਿਆਂ ਬੀਤੇ ਦਿਨੀ ਹਰਸਿਮਰਤ ਕੌਰ ਬਾਦਲ ਦੇ ਕਿਸਾਨਾਂ ਦੇ ਹੱਕ ਵਿੱਚ ਦਿੱਤੇ ਬਿਆਨ ਤੇ ਤੰਜ ਕੱਸਿਆ। ਦੇਖੋ, ਪਹਿਲਾਂ ਤਾਂ ਮੈਂ ਕਹਿਣਾ ਕਿ ਬਹੁਤ ਮਦਭਾਗੀ ਘਟਨਾ ਹੈ, ਬਹੁਤ ਮਾੜਾ ਜਿਹੜਾ ਸਲੂਕ ਹੈ ਉਹ ਸਾਡੇ ਕਿਸਾਨਾਂ ਨਾਲ ਹੋ ਰਿਹਾ ਹੈ। ਬਾਰਡਰ ਖਨੌਰੀ ਤੇ ਸ਼ੰਭੂ ਬਾਰਡਰ ਨੂੰ ਪਾਕਿਸਤਾਨ ਬਣਾ ਦਿੱਤਾ ਗਿਆ, ਜਿਹੜਾ ਕਿ ਮੈਂ ਸਮਝਦਾ ਹਾਂ ਕਿ ਪੰਜਾਬ ਦੇ ਲੋਕ ਇਸ ਗੱਲ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ। ਦੂਜਾ, ਜਿਹੜੇ ਨੌਜਵਾਨ ਨੂੰ ਗੋਲੀ ਵੱਜੀ, ਹਜੇ ਤੱਕ ਉਹਦੀ ਕੋਈ ਕਾਰਵਾਈ ਨਹੀਂ ਕੀਤੀ ਗਈ। ਤੀਜਾ, ਸਾਡੇ ਨੌਜਵਾਨ ਪ੍ਰਿਤਪਾਲ ਸਿੰਘ ਨੂੰ ਹਰਿਆਣਾ ਪੁਲਿਸ ਚੱਕ ਕੇ ਲੈ ਗਈ,
ਕੁੱਟਿਆ ਮਾਰਿਆ, ਲੱਤਾਂ ਤੋੜਨ ਤੋਂ ਬਾਅਦ ਫਿਰ ਹੁਣ ਪੀਜੀਆਈ ਦਾਖਲ ਕਰਾਇਆ। ਪੀਜੀਆਈ ਤੇ ਵੀ ਉਹਦੇ ਤੇ ਚੰਡੀਗੜ੍ਹ ਦੀ ਪੁਲਿਸ ਲਾ ਦਿੱਤੀ ਗਈ ਹੈ ਤਾਂ ਜੋ ਛੁੱਟੀ ਮਿਲਦਿਆਂ ਸਾਰ ਫਿਰ ਉਹ ਹਰਿਆਣਾ ਪੁਲਿਸ ਦੀ ਕਸਟਡੀ 'ਚ ਹੋ ਜਾਏ। ਸੋ ਮੇਰੇ ਕਹਿਣ ਦਾ ਮਤਲਬ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਔਰ ਪੰਜਾਬ ਸਰਕਾਰ ਨੂੰ ਇਹਦੇ ਤੇ ਗੌਰ ਫਰਮਾਉਣੀ ਚਾਹੀਦੀ। ਅਸੀਂ ਬਿਲਕੁਲ ਪ੍ਰਿਤਪਾਲ ਨੂੰ ਹੁਣ ਵਾਪਸ ਨਹੀਂ ਜਾਣ ਦਿਆਂਗੇ। ਪ੍ਰਿਤਪਾਲ ਸਿੰਘ ਦਾ ਇਲਾਜ ਹੋਣਾ ਚਾਹੀਦਾ ਹੈ। ਈਵਨ ਪੀਜੀਆਈ ਵਾਲਿਆਂ ਤੇ ਵੀ ਕਿਤੇ ਨਾ ਕਿਤੇ ਪ੍ਰੈਸ਼ਰ ਹੈ ਵੀ ਇਹਨੂੰ ਜਲਦੀ ਛੁੱਟੀ ਦਿਓ। ਦੇਖੋ ਕਿੱਥੇ ਹੋ ਗਿਆ ਕਿੱਥੇ ਨਹੀਂ ਹੋ ਗਿਆ ਹਜੇ ਇਸ ਗੱਲ ਦੀ ਜਿਹੜੀ ਪੁਸ਼ਟੀ ਹੈ ਉਹ ਹੋਣੀ ਬਾਕੀ ਹੈ, ਕਿਉਂਕਿ ਆਪਸ ਵਿੱਚ ਇਹ ਗੱਲ ਚੱਲ ਰਹੀ ਹੈ ਵੀ ਇੱਥੇ ਉੱਥੇ ਅਲਾਇੰਸ ਹੋ ਗਿਆ ਨਹੀਂ ਹੋਇਆ। ਪਰ ਮੈਨੂੰ ਲੱਗਦਾ ਹਜੇ ਤੱਕ ਫਾਈਨਲ ਪ੍ਰਕਿਰਿਆ ਕਿਸੇ ਪ੍ਰਕਾਰ ਦੀ ਸਾਡੇ ਕੋਲੇ ਕਿਸੇ ਪ੍ਰਕਾਰ ਦੀ ਕੋਈ ਇਤਲਾਹ ਨਹੀਂ ਹੈ। ਦੂਸਰੀ ਗੱਲ, ਅਸੀਂ ਪਹਿਲੇ ਦਿਨ ਤੋਂ ਤੁਹਾਨੂੰ ਮੀਡੀਆ ਨੂੰ ਕਹਿੰਦੇ ਰਹੇ ਹਾਂ ਵੀ ਸਾਡਾ 7 ਮਹੀਨਿਆਂ ਤੋਂ ਕਹਿ ਰਹੇ ਹਾਂ ਵੀ 13 ਦੀਆਂ 13 ਸੀਟਾਂ ਤੇ ਪੰਜਾਬ 'ਚ ਕਾਂਗਰਸ ਪਾਰਟੀ ਚੁਣਾਵ ਲੜੇਗੀ। ਔਰ ਅੱਜ ਵੀ ਮੈਂ ਉਸੇ ਸਟੈਂਡ ਤੇ ਬਰਕਰਾਰ ਹਾਂ। ਦੇਖੋ ਹਰਸਿਮਰਤ ਜੀ ਬੜੇ ਸਤਿਕਾਰਯੋਗ ਨੇ, ਲੇਕਿਨ ਜਿਸ ਪ੍ਰਕਾਰ ਇਹ ਕਾਲੇ ਕਾਨੂੰਨਾਂ ਨੇ ਇਹ ਸਾਰਾ ਯੱਬ ਕਿੱਥੋਂ ਪਿਆ? ਇਹ ਉਹਨਾਂ ਕਾਲੇ ਕਾਨੂੰਨਾਂ ਤੇ ਹਰਸਿਮਰਤ ਕੌਰ ਬਾਦਲ ਜੀ ਦੇ ਦਸਖਤ ਹੋਏ। ਬੀਜੇਪੀ ਨਾਲ ਜਿਹੜਾ ਤੋੜ ਵਿਛੋੜਾ ਵੀ ਹੋਇਆ ਉਹ ਇਹਨਾਂ ਨੇ ਪਹਿਲਾਂ ਲੋਕਾਂ ਨੂੰ ਇਹ ਕਿਹਾ ਕਿ ਇਹ ਕਾਨੂੰਨ ਬੜੇ ਹੱਕ ਦੇ ਨੇ, ਅੱਛੇ ਕਾਨੂੰਨ ਨੇ। ਇਹ ਹਰਸਿਮਰਤ ਜੀ ਨੇ ਕਿਹਾ, ਇਹ ਬਾਦਲ ਸਾਹਿਬ ਨੇ ਕਿਹਾ, ਇਹ ਸੁਖਬੀਰ ਬਾਦਲ ਨੇ ਕਿਹਾ, ਪਿੰਡਾਂ 'ਚ ਪੋਸਟਰ ਲਾ ਦਿੱਤੇ ਗਏ ਇਸ ਕਾਨੂੰਨ ਦੇ ਮੁਤਲਕ। ਫਿਰ ਕਿਸਾਨਾਂ ਨੇ ਪ੍ਰੈਸ਼ਰ ਪਾਇਆ ਤੇ ਹਰਸਿਮਰਤ ਕੌਰ ਬਾਦਲ ਜੀ ਨੇ ਅਸਤੀਫਾ ਦਿੱਤਾ। ਹੁਣ ਫਿਰ ਭਾਈਵਾਲ ਦੀ ਗੱਲ ਚੱਲ ਰਹੀ ਹੈ, ਅੰਦਰ ਖਾਤੇ ਗੱਲ ਮੁੱਕ ਚੁੱਕੀ ਹੈ। ਇਹ ਮਿਲੀ ਭੁਗਤ ਦੇ ਨਾਲ ਉਹਨਾਂ ਨੇ ਕਿਹਾ ਕਿ ਮੇਰਾ ਪਾਰਲੀਮੈਂਟ ਏਰੀਆ ਹੈ, ਮੈਨੂੰ ਉੱਥੇ ਕਿਤੇ ਨਾ ਕਿਤੇ ਆਵਾਜ਼ ਚੱਕਣੀ ਪਊਗੀ, ਕਿਉਂਕਿ ਨਹੀਂ ਤਾਂ ਕਿਸਾਨ ਮੇਰੇ ਵਿਰੋਧ 'ਚ ਹੋ ਜਾਣਗੇ। ਕਿਉਂਕਿ ਉਹ ਬੰਗਲੇ 'ਚ ਵੀ ਹਜੇ ਸਰਕਾਰੀ 'ਚ ਉਸੇ 'ਚ ਰਹਿ ਰਹੇ ਆ ਜਿਹੜਾ ਮਨਿਸਟਰ ਦਾ ਬੰਗਲਾ ਹੁੰਦਾ ਹੈ, ਉਹੀ ਸਿਕਿਉਰਿਟੀ ਫੋਰਸਿਸ ਐਂਡ ਆਲ ਦੈਟ। ਇਹ ਸਾਰੀ ਜਿਹੜੀ ਗੇਮ ਹੈ ਮਿਲੀ ਭੁਗਤ ਰਾਹੀਂ ਭਾਜਪਾ ਤੇ ਬਾਦਲ ਪਰਿਵਾਰ ਖੇਡ ਰਿਹਾ ਹੈ। ਜਾਂ ਤਾਂ ਇਹ ਸਪਸ਼ਟ ਕਰਨ ਜਿਹੜੇ ਕੇਂਦਰ ਵਾਲੇ ਮੰਤਰੀਆਂ ਨੇ, ਤੁਸੀਂ ਕਹਿੰਦੇ ਵੀ ਉਹਨਾਂ ਨੂੰ ਝਾੜ ਪਾਈ ਵੀ ਇਹ ਫੋਰਮ ਨਹੀਂ ਆ, ਜਾਂ ਤਾਂ ਇਹ ਸਪਸ਼ਟ ਕਰਨ ਵੀ ਅਸੀਂ ਅਕਾਲੀ ਦਲ ਭਾਜਪਾ ਕਿਸੇ ਗੱਲ ਨਾਲ ਇਕੱਠੇ ਨਹੀਂ ਹੋਣਾ। ਜਦੋਂ ਇਕੱਠੇ ਹੈ ਹੋਰ ਇਹ ਤਾਂ ਉਡੀਕਦੇ ਆ, ਚੋਣ ਜਾਬਤਾ ਲੱਗ ਜਾਏ, ਕਿਸਾਨ ਬਾਰਡਰ ਤੋਂ ਮੁੜਿਆ ਤੇ ਅਸੀਂ ਆਪਦੀ ਗੰਢ ਤੁੱਪਦੇ ਰਾਹੀਂ ਸੀਟਾਂ ਐਲਾਨ ਕਰ ਲਈਏ ਵੀ ਸਾਡਾ ਐਲਾਨ ਹੋ ਗਿਆ। ਅੰਦਰ ਖਾਤੇ ਇਕੱਠੇ ਨੇ। ਦੇਖੋ ਗੱਲ ਇਹ ਹੈ ਕੌਣ ਪਰਿਵਾਰ ਵਿੱਚੋਂ ਹੁੰਦਾ ਕੋਈ ਕਿ ਨਹੀਂ ਹੁੰਦਾ, ਜਾਂ ਮੈਂ ਲੜਦਾ ਜਾਂ ਨਹੀਂ ਲੜਦਾ, ਇਹ ਸਾਡੀ ਜਿਹੜੀ ਪਾਰਟੀ ਹੈ ਇਹ ਕਿਹੜਾ ਕੋਈ ਖੇਤਰੀ ਪਾਰਟੀ ਹੈ ਕਿ ਸਰਦਾਰ ਸੁਖਬੀਰ ਸਿੰਘ ਜੀ ਨੇ ਐਲਾਨ ਕਰਨਾ ਵੀ ਇੱਕ ਥਾਂ ਤੋਂ ਮਜੀਠੀਆ ਜੀ ਲੜਨਗੇ, ਇੱਕ ਥਾਂ ਤੋਂ ਹਰਸਿਮਰਤ ਜੀ ਲੜਨਗੇ, ਇੱਕ ਥਾਂ ਤੋਂ ਆਪ ਲੜਨਗੇ। ਸਾਡਾ ਜਿਹੜਾ ਵੀ ਲੜਨਾ ਕਿ ਨਹੀਂ ਲੜਨਾ ਇਹ ਫੈਸਲਾ ਹਾਈਕਮਾਂਡ ਕਰਦੀ ਹੈ, ਖੜਗੇ ਸਾਹਿਬ ਕਰਦੇ ਨੇ, ਰਾਹੁਲ ਗਾਂਧੀ, ਸੋਨੀਆ ਗਾਂਧੀ ਕਰਦੇ ਨੇ। ਇਹਦੇ ਬਾਰੇ ਮੈਂ ਕਹਿ ਰਿਹਾ ਕਿ ਫਲਾਨਾ ਉੱਥੋਂ ਲੜੂਗਾ, ਫਲਾਂ ਉਮੀਦਵਾਰ ਹੋਊਗਾ ਕਿ ਨਹੀਂ ਹੋਊਗਾ। ਹਾਂ, ਰਾਜਾ ਵੜਿੰਗ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਇਹ ਜ਼ਰੂਰ ਉੱਥੇ ਦੱਸੇਗਾ ਵੀ ਫਲਾਨਾ ਕੈਂਡੀਡੇਟ ਫਲਾਨੇ ਥਾਂ ਤੋਂ ਚੰਗਾ ਹੋ ਸਕਦਾ, ਫਲਾਨਾ ਫਲਾਨੇ ਥਾਂ ਤੋਂ ਚੰਗਾ ਹੋ ਸਕਦਾ, ਜਿੱਤ ਸਕਦਾ। ਸੋ ਇਹ ਸਾਰੀ ਪ੍ਰਕਿਰਿਆ ਰਹੇਗੀ। ਮੈਂ ਤੁਹਾਨੂੰ ਕਹਿ ਰਿਹਾ ਕਿ ਇਹ ਅੰਕੜਿਆਂ ਤੇ ਜਿੱਤ ਦੇ ਹਿਸਾਬ ਤੇ ਜਿਹੜਾ ਵਿਅਕਤੀ ਵੀ ਜਿੱਤ ਪਾਏਗਾ ਉਸ ਵਿਅਕਤੀ ਨੂੰ ਟਿਕਟ ਹਾਈਕਮਾਂਡ ਨੇ ਦੇਣੀ ਹੈ। ਉਹ ਕੌਣ ਜਿੱਤ ਪਾਏਗਾ, ਮੈਂ ਜਿੱਤ ਪਾਵਾਂਗਾ ਕਿ ਨਹੀਂ ਪਾਵਾਂਗਾ, ਹੋ ਸਕਦਾ ਮੇਰੇ ਨਾਲ ਕੋਈ ਕਾਬਿਲ ਹੋਰ ਜਿੱਤਣ ਵਾਲਾ ਹੋਵੇ। ਸੋ ਮੇਰੇ ਕਹਿਣ ਦਾ ਮਤਲਬ ਜਿੱਤ ਪਾਏਗਾ ਕਿ ਨਹੀਂ ਪਾਏਗਾ ਇਸ ਮੈਰਿਟ ਤੇ ਇਸ ਵਾਰੀ ਦੀਆਂ ਪਾਰਲੀਮੈਂਟ ਦੀਆਂ ਸੀਟਾਂ।